ਜੇ ਤੁਸੀਂ ਆਪਣੀ ਗੱਡੀ 'ਚ ਕਿੱਥੇ ਜਾ ਰਹੇ ਹੋ ਔਰ ਪਿੱਛੇ ਜੇ ਪੁਲਿਸ ਕੀ ਗੱਡੀ ਤੁਹਾਡੇ ਤੋਂ ਰਾਹ ਮੰਗਦੀ ਹੈ ਤਾਂ ਦੇ ਦਿਓ, ਇਸ ਕਰਕੇ ਕਿ ਜੇ ਰਾਹ ਨਾ ਦਿੱਤੀ ਤਾਂ ਤੁਹਾਨੂੰ NDPS ਦੇ ਝੂਠੇ ਪਰਚੇ 'ਚ ਵੀ ਫਸਾਉਣਾ ਪੁਲਿਸ ਜਾਣਦੀ ਹੈ। ਇਹ ਆਪਾਂ ਨਹੀਂ ਕਹਿ ਰਹੇ, ਇਹ ਕਹਿ ਰਿਹਾ ਹਾਈਕੋਰਟ, ਪੰਜਾਬ ਹਰਿਆਣਾ ਹਾਈਕੋਰਟ ਦਾ ਔਰਡਰ। ਔਰਡਰ ਵੀ ਦੱਸਾਂਗੇ ਔਰ ਇੱਕ ਮੁੰਡੇ ਦੀ ਕਹਾਣੀ ਦੱਸਾਂਗੇ ਕਿ ਆਖਿਰ ਇੱਕ ਮੁੰਡਾ ਕਿਵੇਂ ਝੂਠੇ NDPS ਦੇ ਪਰਚੇ ਦਾ ਸ਼ਿਕਾਰ ਬਣਿਆ, ਹਾਈਕੋਰਟ ਤੋਂ ਬੇਲ ਮਿਲੀ, ਹਾਈਕੋਰਟ ਨੇ ਸਖ਼ਤ ਟਿੱਪਣੀਆਂ ਕੀਤੀਆਂ। ਸਾਡੇ ਨਾਲ ਬੇਲ ਦਿਵਾਉਣ ਵਾਲੇ ਐਡਵੋਕੇਟ ਨੇ ਜਗਪ੍ਰੀਤ ਸਿੰਘ, ਜਗਜੀਤ ਸਿੰਘ ਜੀ, ਔਰ ਕਪੂਰਥਲਾ ਦਾ ਇਹ ਕੇਸ ਹੈ। ਜਗਜੀਤ ਜੀ, ਇਹ ਮਾਮਲਾ ਹੈ ਕੀ ਹੈ ਕਿ ਮੁੰਡਾ ਕਿਵੇਂ ਫਸ ਗਿਆ, ਕਿਵੇਂ ਪੁਲਿਸ ਦੇ ਜਾਲ 'ਚ ਆ ਗਿਆ? ਇਹ ਕੇਸ ਹੈ ਜੀ ਕਪੂਰਥਲੇ ਡਿਸਟ੍ਰਿਕਟ ਦਾ, ਸੁਲਤਾਨਪੁਰ ਲੋਧੀ ਦਾ। ਮੁੰਡਾ ਲਵਪ੍ਰੀਤ ਸਿੰਘ ਲਵਲੀ, ਇਹ 24/6 ਨੂੰ ਸ਼ਾਮ ਨੂੰ ਖੇਤਾਂ 'ਚੋਂ ਆ ਰਿਹਾ ਸੀ ਆਪਣੀ ਗੱਡੀ 'ਚ, ਉਹ ਸੜਕ 'ਤੇ ਚੜਿਆ। ਉਸ ਤੋਂ ਬਾਅਦ ਪੁਲਿਸ ਅਫਸਰ ਜਿਹੜੇ ਸੀਗੇ ਦੋ, ਉਹ ਪੁਲਿਸ ਦੀ ਗੱਡੀ 'ਚ ਉਹ ਪਿੱਛੇ ਪਿੱਛੇ ਜਾ ਰਹੇ ਸੀਗੇ ਅਤੇ ਉਹਨਾਂ ਨੇ ਹੌਰਨ ਮਾਰਿਆ ਇਸ ਮੁੰਡੇ ਨੇ, ਕਿਉਂਕਿ ਰੋਡ ਜਿਹੜੀ ਸੀਗੀ ਉਹ ਭੀੜੀ ਸੀਗੀ, ਉੱਥੇ ਜਰਾ ਕੁ ਅੱਗੇ ਜਗ੍ਹਾ ਮਿਲੀ, ਉਹਨੇ ਸਾਈਡ ਦਿੱਤੀ, ਗੱਡੀ ਕ੍ਰੋਸ ਕਰਨ ਲੱਗੇ। ਉਸ ਨੂੰ ਬਦਤਮੀਜ਼ੀ ਨਾਲ ਬੋਲੇ ਵੀ ਤੂੰ ਗੱਡੀ ਸਾਨੂੰ ਸਾਈਡ ਨਹੀਂ ਦਿੱਤੀ। ਉਹ ਕਹਿੰਦਾ ਜਨਾਬ ਅੱਗੇ ਭੀੜੀ ਜਗ੍ਹਾ ਸੀ ਤਾਂ ਹੁਣ ਦੇਤੀ ਆ, ਤੂੰ ਬਕਵਾਸ ਕਰਦਾ ਸਾਡੇ ਨਾਲ, ਮਤਲਬ ਜੋ ਵੀ ਲੈਂਗੁਏਜ ਵਗੈਰਾ ਯੂਜ਼ ਕੀਤੀ। ਔਰ ਉਸ ਤੋਂ ਬਾਅਦ ਉਹਨੂੰ ਚੱਕ ਕੇ ਗੱਡੀ ਸੁੱਟਿਆ, ਨਾਲ ਉਹਦੀ ਗੱਡੀ ਲੈ ਗਏ 24/6 ਨੂੰ ਸ਼ਾਮ ਨੂੰ 6:30 ਵਜੇ। ਉਸ ਤੋਂ ਬਾਅਦ ਲਿਜਾ ਕੇ ਰਸਤਾ ਨਾ ਦੇਣ 'ਚ ਨਾ ਦੇਣ ਦੇ ਵਿੱਚ ਉਹਨੂੰ ਚੱਕ ਕੇ ਗੱਡੀ 'ਚ ਨਾਲ ਉਹਦੀ ਗੱਡੀ ਲੈ ਗਏ। ਉਹਦੇ ਘਰ ਦੇ ਵਿਚਾਰੇ, ਉਹਦਾ ਫਾਦਰ, ਉਹਦੀ ਮਦਰ, ਉਹ ਵਿਚਾਰੇ ਫੋਨ ਅਟੈਂਡ ਨਾ ਕਰੇ, ਕਿਉਂਕਿ ਉਹ ਤਾਂ ਪੁਲਿਸ ਕਸਟਡੀ ਸੀਗਾ, ਉਹ ਬੰਦਾ ਵੀ ਨਾ ਕੁਝ ਦੱਸਿਆ ਨਹੀਂ। ਉਹ ਵਿਚਾਰੇ ਸਾਰੇ ਕੋਰਟ 'ਚ ਕਚਹਿਰੀਆਂ 'ਚ ਉੱਥੇ ਫਿਰਦੇ ਰਹੇ, ਤੁਸੀਂ ਉੱਥੇ ਜਾਂਦੇ ਰਹੇ ਸਭ ਪਾਸੇ। ਉਹਨਾਂ ਨੇ ਜਦੋਂ ਪਤਾ ਕੀਤਾ ਤਾਂ ਉਸ ਵਕਤ 26 ਤਰੀਕ ਨੂੰ ਦੁਪਹਿਰੇ ਜਾ ਕੇ ਪਤਾ, ਉਹਨਾਂ ਨੂੰ ਦੁਪਹਿਰ ਤੋਂ ਬਾਅਦ ਪਤਾ ਲੱਗਾ ਕਿ ਜੀ ਮੁੰਡੇ ਦੇ ਉੱਤੇ ਤਾਂ 525 ਗੋਲੀਆਂ ਨਸ਼ੀਲੇ ਕੈਪਸੂਲਾਂ ਦਾ ਪਰਚਾ ਪੈ ਗਿਆ। 525 ਨਸ਼ੀਲੀ ਕੈਪਸੂਲਾਂ ਦਾ ਪਰਚਾ NDPS ਦਾ ਪਰਚਾ ਪੈ ਗਿਆ ਅਤੇ ਤੁਸੀਂ ਹੁਣ ਆਪਣੇ ਚਾਰਾਜੋਈ ਜਿਹੜੀ ਕਰਨੀ ਕਰੋ। ਉਸ ਤੋਂ ਬਾਅਦ ਥੱਲੇ ਉਹਨਾਂ ਨੇ ਕੋਰਟ 'ਚ ਬੇਲ ਪਾਈ, ਉਹ ਬੇਲ ਜੱਜ ਸਾਹਿਬ ਨੇ ਰਿਜੈਕਟ ਕਰਤੀ, ਸਿਰਫ ਇਸ ਕਰਕੇ ਕਿ 525 ਕੈਪਸੂਲ ਨੇ ਹਿਊਜ ਕੁਆਂਟਿਟੀ ਹੈ NDPS ਐਕਟ 'ਚ, ਸੋ ਇਸ ਕਰਕੇ ਇਹਨੂੰ ਬੇਲ ਨਹੀਂ ਗ੍ਰਾਂਟ ਕੀਤੀ ਜਾ ਸਕਦੀ। ਉਸ ਤੋਂ ਬਾਅਦ ਅਸੀਂ ਮਾਨਯੋਗ ਹਾਈਕੋਰਟ 'ਚ ਆਏ, ਹਾਈਕੋਰਟ ਦਾ ਜੱਜ ਸਾਹਿਬ ਨੂੰ ਅੱਗੇ ਬੇਨਤੀ ਕੀਤੀ, ਅਸੀਂ ਕਿਹਾ ਕਿ ਸਿਚੁਏਸ਼ਨ ਆਇਆ, ਇਹ ਨਹੀਂ ਹੈ ਕਿ ਉਹ ਇਹ ਕਿੱਦਾਂ, ਇਹ ਫਾਲਸਲੀ ਇੰਪਲੀਕੇਸ਼ਨ ਹੈ। 24 ਤਰੀਕ ਨੂੰ ਮੁੰਡਾ ਘਰੋਂ ਚੱਕਿਆ, ਗੱਡੀ ਉਹਦੀ ਹੈਗੀ ਆ, ਮੋਬਾਈਲ 24 ਨੂੰ 22 ਤਰੀਕ ਉਹਨੂੰ 24 ਨੂੰ ਚੱਕ ਕੇ ਉਹਦੇ ਕੋਲੋਂ ਉਹਦੀ ਗੱਡੀ ਵੀ ਲੈ ਲਈ, ਉਹਦੇ ਘਰ ਦੇ ਫੋਨ ਟਰਾਈ ਕਰਦੇ, ਫੋਨ ਨੰਬਰ ਵੀ ਉਹਦਾ ਦਿੱਤਾ ਵੀ ਉਹਦੇ ਵਿੱਚ ਆਹ ਨੰਬਰ ਦੇ ਉੱਤੇ ਮੁੰਡੇ ਕੋਲ ਫੋਨ ਸੀਗਾ, ਫੋਨ ਹੈ ਹੀ ਨਹੀਂ, ਉਹਦੇ ਚੱਕੇ ਨਾਲ ਰਿਸਪੋਂਸ ਦੇ ਦੇਵੇ। ਇੱਥੋਂ ਪ੍ਰੂਵ ਹੁੰਦਾ ਕਿ ਮੁੰਡਾ ਜਿਹੜਾ 24 ਤਰੀਕ ਨੂੰ ਜਦੋਂ ਉਹਨੇ ਰਿਸਪੋਂਸ ਨਹੀਂ ਕੀਤਾ, ਇਟ ਮੀਨਸ ਹੀ ਵਾਜ਼ ਇਨ ਕਸਟਡੀ, ਤੋ 26 ਤਰੀਕ ਨੂੰ ਪਲਾਂਟ ਕੀਤਾ ਕੇਸ। ਉਹ 525 ਕੈਪਸੂਲ, ਔਰ ਉਹ ਕਹਿੰਦੇ ਜੀ ਜੇਬ 'ਚੋਂ ਕੱਢ ਕੇ ਉਹਨੇ ਗੱਡੀ 'ਚ ਸੁੱਟਤੇ, ਗੱਡੀ 'ਚ ਚੱਕ ਕੇ ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਇਹ ਕੈਪਸੂਲ ਜਿਹੜੇ ਨੇ ਇਹ ਨਸ਼ੀਲੇ ਕੈਪਸੂਲ ਨੇ, ਮੁੰਡੇ ਨੇ ਕਿਹਾ ਉਹਨਾਂ ਨੂੰ। ਉਸ ਤੋਂ ਬਾਅਦ ਉਹਨਾਂ ਨੇ ਕੇਸ, ਅਸੀਂ ਕੋਰਟ ਨੂੰ ਕਿਹਾ ਵੀ ਇਹ ਫਾਲਸ ਇੰਪਲੀਕੇਸ਼ਨ ਹੈ, ਇਹ ਮੁੰਡੇ ਦਾ ਐਂਟੀਸੀਡੈਂਟ ਹੈ ਨਹੀਂ, ਉਹ ਕਿਸੇ ਕੇਸ 'ਚ ਨਹੀਂ ਇਨਵੋਲਵ, ਉਹ ਪਲਾਂਟ ਪ੍ਰੋਟੈਕਸ਼ਨ ਦਾ ਉਹਨੇ ਕੋਰਸ ਕੀਤਾ, ਡਿਪਲੋਮਾ ਕੀਤਾ, ਉਹ ਆਪਣੀ ਰੋਜ਼ੀ ਰੋਟੀ ਕਮਾਉਂਦਾ ਉੱਥੇ ਕਰਕੇ। ਅਤੇ ਮਾਨਯੋਗ ਹਾਈਕੋਰਟ ਨੇ ਸਾਡੇ ਉਸ ਨੂੰ ਸੁਣਿਆ, ਸੁਣ ਕੇ ਛੋਟੇ ਥੋੜ੍ਹੇ ਦਿਨ ਦਾ ਨੋਟਿਸ, 10 ਦਿਨ ਦਾ ਨੋਟਿਸ ਦੇ ਕੇ ਉਹਨਾਂ ਨੂੰ ਕਿਹਾ ਵੀ ਇਹਦਾ ਸਟੇਟਸ ਰਿਪੋਰਟ ਪੇਸ਼ ਕਰੋ ਅਤੇ FSL ਰਿਪੋਰਟ ਪੇਸ਼ ਕਰੋ ਵੀ ਕੀ ਕੀਤਾ, ਕੀ ਇਹ ਕੀ ਹੈ ਇਹਦੇ ਬਾਰੇ, ਪੂਰੇ ਸਟੇਟਸ ਰਿਪੋਰਟ ਪੇਸ਼ ਕਰੋ। ਉਹ ਜਦੋਂ ਸਟੇਟਸ ਉਹਨਾਂ ਨੇ FSL ਰਿਪੋਰਟ ਆਈ, ਰਿਪੋਰਟ ਆਉਣ 'ਚੋਂ ਪਤਾ ਲੱਗਿਆ ਕਿ ਉਹ ਜਿਹੜਾ ਕੰਟੈਂਟਸ ਜਿਹੜਾ ਉਹ ਹੈਗਾ, ਜਿਹਨੂੰ ਨਸ਼ੀਲੇ ਕੈਪਸੂਲਾਂ ਸੀ ਉਹਦੇ ਵਿੱਚ, ਉਹ ਕੈਪਸੂਲਾਂ ਦੇ ਵਿੱਚ ਪੈਰਾਸਟਾਮੋਲ ਦਾ ਕੰਟੈਂਟ ਹੈ।
ਸਾਲਟ ਹੈ ਜਦੋਂ FSL ਰਿਪੋਰਟ ਇਹਦੇ ਚ ਹੈਗੀ ਮੈਂਸ਼ਨ FSL ਆਡਿਟ ਚ ਮੈਂਸ਼ਨ ਹੈਗੀ ਆ ਅੱਛਾ ਵੈਸੇ ਰਿਪੋਰਟ ਹੈ ਨਹੀਂ ਆਪਣੀ ਰਿਪੋਰਟ ਉਹਨਾਂ ਨੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਉਹਨਾਂ ਨੇ ਉਹ ਪੈਰਾਸਟਾਮੋਲ ਹੈ ਉਹ ਪੈਰਾਸਟਾਮੋਲ NDPS ਐਕਟ ਚ ਆਉਂਦੀ ਨਹੀਂ ਸੋ ਇਸ ਕਰਕੇ ਉਹਦਾ ਫੇਸ ਹੋ ਬਿਟ ਇਟਸ ਅ ਫਾਲਸ ਕੇਸ ਤਾਂ ਫਿਰ ਮਾਨਯੋਗ ਹਾਈ ਕੋਰਟ ਨੇ ਬੜਾ ਸਖ਼ਤ ਉਹਨਾਂ ਨੂੰ ਕਿਹਾ DGP ਸਾਹਿਬ ਨੂੰ ਕਿਹਾ SSP ਨੂੰ ਕਿਹਾ ਕਿ ਵਾਈ ਐਕਸ਼ਨ ਸ਼ੁੱਡ ਨੋਟ ਬੀ ਟੇਕਨ ਅਗੇਂਸਟ ਦਾ ਐਰਿੰਗ ਪੁਲਿਸ ਆਫਿਸਰ ਹੂ ਹੈਜ਼ ਫਾਸਲੀ ਇੰਪਲੀਕੇਟਡ ਇਨੋਸੈਂਟ ਪਰਸਨ ਔਰ DGP ਸਾਹਿਬ ਨੂੰ ਕਿਹਾ ਕਿ ਤੁਸੀਂ ਇਹਦੇ 'ਤੇ ਐਕਸ਼ਨ ਲਓ ਇਹ ਤੁਹਾਡੇ ਕੋਲ ਆਰਡਰ ਦੀ ਕਾਪੀ ਵੀ ਹੈ ਇੱਕ ਵਾਰ ਮੈਂ ਕਹਾਂਗਾ ਕਿ ਮੈਂ ਪੜ੍ਹ ਕੇ ਵੀ ਸੁਣਾਦਾ ਆਰਡਰ ਦੀ 13ਵੇਂ ਨੰਬਰ 'ਤੇ ਜਿਹੜਾ ਇੱਕ ਵਾਰ ਫੋਕਸ ਕੀਤਾ ਜਾਏ ਇਹਦੇ 'ਚ ਲਿਖਿਆ ਕਿ ਇਟ ਇਨ ਰੀਸੈਂਟ ਟਾਈਮਸ ਦੇਰ ਹੈਵ ਬੀਨ ਇੰਸੀਡੈਂਟ ਆਫ ਪੁਲਿਸ ਹਾਈ ਹੈਡਨੈਸ ਵੇਅਰ ਇਨੋਸੈਂਟ ਸਿਟੀਜਨ ਆਰ ਬੀਂਗ ਹੈਰਾਸਡ ਐਂਡ ਫਾਲਸਲੀ ਇੰਪਲੀਕੇਟਡ ਅੰਡਰ ਦਾ ਨਾਰਕੋਟਿਕਸ ਡਰੱਗਸ ਐਂਡ ਫੈਦਰੋਪੀ ਸਬਸਟੈਂਸ ਯਾਨੀ ਕਿ NDPS ਐਕਟ 'ਚ ਦਿਸ ਐਕਸ਼ਨ ਓਫਨ ਸਟ੍ਰੀਮ ਆਫ ਦਾ ਅਬਿਊਜ ਆਫ ਪਾਵਰ ਐਂਡ ਲੈਕ ਆਫ ਅਕਾਊਂਟੇਬਿਲਟੀ ਇਹ ਬਹੁਤ ਵੱਡੀ ਗੱਲ ਕਹੀ ਹੈ ਔਰ ਇੱਕ ਹੋਰ ਮੈਂ ਦੱਸਦਾ ਕਿ ਹੁਣ ਇਸ ਕੇਸ 'ਚ ਕੀ ਹੋਏਗਾ ਦਿਸ ਇਜ਼ ਏ ਕੇਸ ਵਰ ਐਗਜ਼ਾਮਪਰੀ ਕੋਸਟ ਸ਼ੁੱਡ ਬੀ ਇੰਪੋਜ਼ਡ ਅਪਨ ਪੁਲਿਸ ਆਫਿਸ਼ਲ ਯਾਨੀ ਕਿ ਕੋਸਟ ਲਾਈ ਜਾਣੀ ਚਾਹੀਦੀ ਹੈ ਜਿਹੜੇ ਪੁਲਿਸ ਅਫਸਰਾਂ ਨੇ ਇਹ ਕੇਸ ਕੀਤਾ ਅਕੋਰਡਿੰਗਲੀ DGP ਪੰਜਾਬ ਨੂੰ ਡਾਇਰੈਕਟ ਕੀਤਾ ਗਿਆ ਕਿ ਇਸ 'ਚ ਇੱਕ ਰਿਪੋਰਟ ਐਫੀਡੇਵਿਟ ਸਟੇਟਸ ਰਿਪੋਰਟ ਦਾਖਲ ਕੀਤੀ ਜਾਵੇ SSP ਕਪੂਰਥਲਾ ਨੂੰ ਹੁਣ ਜਿਹੜਾ ਨੈਕਸਟ ਹੀਅਰਿੰਗ ਹੈ 20 ਤਰੀਕ ਨੂੰ SSP ਕਪੂਰਥਲਾ ਨੂੰ ਕੋਰਟ ਵਿੱਚ ਇਨ ਪਰਸਨ ਆਉਣਾ ਹੋਏਗਾ ਇਹ ਬਹੁਤ ਨੇ 14, 15, 16, 17 ਜਿਹੜਾ ਇਹ ਪੁਆਇੰਟ ਲਿਖੇ ਹੋਏ ਨੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਹਾਈ ਕੋਰਟ ਦਾ ਇਹ ਆਰਡਰ ਹੈ ਜਗਜੀਤ ਜੀ ਇਹ ਆਰਡਰ ਬੜਾ ਕਹਿੰਦਾ ਹੈ ਵੀ ਫਾਲਸਲੀ ਇੰਪਲੀਕੇਟਡ ਨਿਰਦੋਸ਼ ਲੋਕਾਂ ਨੂੰ ਇਹ ਇਸ ਕਰਕੇ ਜਿਹੜੀ ਕੋਸਟ ਇੰਪੋਜ਼ ਦੀ ਗੱਲ ਕੀਤੀ ਹੈ ਮਾਨਯੋਗ ਅਦਾ ਕੋਰਟ ਜੱਜ ਸਾਹਿਬ ਨੇ ਕਿਹਾ ਕਿ ਇਹ ਇਟ ਅਮਾਊਂਟਸ ਟੂ ਇਲੀਗਲ ਡਿਟੈਂਸ਼ਨ ਕਿਉਂਕਿ ਜਦੋਂ ਬੰਦੇ ਦੇ ਕੋਲੋਂ ਕੋਈ ਨਾਰਕੋਟਿਕ ਬਰਾਮਦ ਹੀ ਨਹੀਂ ਹੋਇਆ ਅਤੇ ਉਸ ਨੂੰ ਚੱਕ ਕੇ ਪੁਲਿਸ ਨੇ ਉਹਨੂੰ ਡਿਟੈਂਸ਼ਨ ਕੀਤਾ ਹੈ ਇਲੀਗਲ ਕਨਫਾਈਨਮੈਂਟ ਹੈ ਉਹਦੀ ਇਟ ਅਮਾਊਂਟਸ ਟੂ ਇਲੀਗਲ ਡਿਟੈਂਸ਼ਨ ਇਲੀਗਲ ਡਿਟੈਂਸ਼ਨ ਦਾ ਜਿਹੜਾ ਉਹਦਾ ਹਰਜਾਨਾ ਉਹਨੂੰ ਸਰਕਾਰ ਨੂੰ ਦੇਣਾ ਪਏਗਾ ਉਸ ਵਾਸਤੇ ਕਿਹਾ ਕਿ ਇਹ ਇਨੋਸੈਂਟ ਪਰਸਨ ਦੀ ਫਾਲਸ ਇੰਪਲੀਕੇਸ਼ਨ ਜਿਹੜੇ ਉਹ ਕੈਪਸੂਲ ਉਹਨਾਂ ਨੇ ਦਿਖਾਏ ਪੁਲਿਸ ਵਾਲਿਆਂ ਨੇ ਉਹ ਪੁਲਿਸ ਵਾਲਿਆਂ ਨੇ ਆਪਣੇ ਵੱਲੋਂ ਪਾਏ ਆ ਆਪਣੇ ਵੱਲੋਂ ਪਾਏ ਆ ਕਿਉਂਕਿ ਫਿਰ ਇੱਕ ਹੋਰ ਇਹਦੇ 'ਚ ਐਡ ਕਰਦੇ ਹਾਂ ਜਿਸ ਵਕਤ ਕੇਸ ਰਜਿਸਟਰ ਹੋਇਆ ਸੈਕਸ਼ਨ 22 'ਚ ਉਸ ਤੋਂ ਬਾਅਦ ਇਹਨਾਂ ਨੇ ਸੈਕਸ਼ਨ 29 ਐਡ ਕੀਤਾ 29 ਐਡ ਇਹ ਕੀਤਾ ਕਿ ਡਿਊਰਿੰਗ ਦਾ ਅਰੈਸਟ ਉਹਨੇ ਜਿਹੜਾ ਲਵਪ੍ਰੀਤ ਹੈ ਉਹਨੇ ਡਿਸਕਲੋਜ਼ ਕੀਤਾ ਕਿ ਇਹ ਨਾਰਕੋਟਿਕ ਕੈਪਸੂਲ ਜਿਹੜੇ ਨੇ ਇਹ ਮੈਂ ਫਲਾਣੇ ਫਲਾਣੇ ਬੰਦੇ ਤੋਂ ਖਰੀਦੇ ਸੀਗੇ ਜਦੋਂ ਨਾਰਕੋਟਿਕ ਕੈਪਸੂਲ ਹੈ ਹੀ ਨਹੀਂ ਇਹ ਖਰੀਦਣ ਦਾ ਕੁਐਸਚਨ ਕਿੱਥੋਂ ਰਾਈਜ਼ ਹੁੰਦਾ ਉਹ ਨਾ ਖਰੀਦਿਆ ਉਹ ਵੀ ਬੰਦੇ ਦੋਨੋਂ ਜੇਲ੍ਹ 'ਚ ਨੇ ਉਹ ਵੀ ਅਰੈਸਟ ਕੀਤੇ ਹੋਏ ਨੇ ਉਹ ਵੀ ਜੇਲ੍ਹ 'ਚ ਕੀਤੇ ਨੇ ਅੱਛਾ ਜਿਨ੍ਹਾਂ ਦਾ ਨਾਮ ਲਿਆ ਆਲਰੇਡੀ ਜੇਲ੍ਹ 'ਚ ਉਹ ਨਹੀਂ ਉਹ ਉਸ ਤੋਂ ਬਾਅਦ ਅਰੈਸਟ ਕੀਤੇ ਆ ਉਹ ਤੋਂ ਬਾਅਦ ਅਰੈਸਟ ਕੀਤੇ ਸੀਗੇ ਵੀ ਕਿਉਂਕਿ ਉਹਨਾਂ ਤੋਂ ਕਿਹਾ ਗਿਆ ਵੀ ਉਹਨਾਂ ਤੋਂ ਖਰੀਦੇ ਸੀਗੇ ਉਹ ਬੰਦੇ ਵੀ ਪੁਲਿਸ ਨੇ ਅਰੈਸਟ ਕਰਕੇ ਅੰਦਰ ਨੇ ਉਹ ਨਹੀਂ ਲਵਪ੍ਰੀਤ ਉਹਨਾਂ ਨੂੰ ਕਦੇ ਮਿਲਿਆ ਜਾਂ ਕਦੇ ਗਏ ਨਹੀਂ ਹੁਣ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਪਰਸਨਲ ਕੰਟੈਕਟ ਨਹੀਂ ਲਵਪ੍ਰੀਤ ਦੇ ਪਰ ਲਵਪ੍ਰੀਤ ਦਾ ਜੇਲ੍ਹ 'ਚ ਹੈ ਪਰ ਮੈਂ ਉਹਦਾ ਪਿੱਛੋਂ ਸਟੇਟਸ ਥੱਲੇ ਟ੍ਰਾਇਲ ਕੋਰਟ ਦਾ ਖੋਲ੍ਹ ਕੇ ਦੇਖਿਆ ਉਹਦੇ ਵਿੱਚ ਦੇਖਿਆ ਇੱਕ ਸੁਖਚੈਨ ਸਿੰਘ ਹੈ ਅਤੇ ਇੱਕ ਬਲਕਾਰ ਸਿੰਘ ਹੈ ਉਹ ਦੋ ਮੁੰਡੇ ਉਹਨਾਂ ਦੇ ਉੱਤੇ ਕੇਸ ਇਹ ਹੈ ਕਿ ਲਵਪ੍ਰੀਤ ਨੇ ਉਹਨਾਂ ਕੋਲੋਂ ਨਾਰਕੋਟਿਕ ਕੈਪਸੂਲ ਖਰੀਦੇ ਆ ਜਦੋਂ ਕੈਪਸੂਲ ਹੀ ਨਾਰਕੋਟਿਕ ਹੈ ਨਹੀਂ ਤਾਂ ਕੁਐਸਚਨ ਕਿੱਥੋਂ ਰਾਈਜ਼ ਹੁੰਦਾ ਵੀ ਉਹਨਾਂ ਤੋਂ ਖਰੀਦਣ ਦਾ ਸੋ ਉਹ ਵੀ ਬੰਦੇ ਦੋ ਜਿਹੜੇ ਨੇ ਉਹ ਵੀ ਕਿਉਂਕਿ ਜਦੋਂ ਜੋ ਰਿਕਵਰੀ ਹੈ ਉਹੀ ਨਾਰਕੋਟਿਕਸ ਨਹੀਂ ਹੈਗੀ ਤਾਂ ਇਟ ਅਮਾਊਂਟਸ ਟੂ ਦੇ ਆਰ ਆਲਸੋ ਫਾਲਸਲੀ ਇੰਪਲੀਕੇਟਡ ਮਤਲਬ FSL ਦੀ ਰਿਪੋਰਟ 'ਚ ਸਾਰਾ ਇਹ ਸਾਫ਼ ਸਾਰਾ ਆ ਗਿਆ ਕਲੀਅਰ ਹੋ ਗਿਆ FSL ਦੀ ਰਿਪੋਰਟ 'ਚ ਕਲੀਅਰ ਹੋ ਗਿਆ ਸੋ ਇਸ ਕਰਕੇ ਇਹ ਸਟ੍ਰਿੰਜੈਂਟ ਜਿਹੜਾ ਐਕਸ਼ਨ ਜਿਹੜਾ ਲਿਆ ਮਾਨਯੋਗ ਕੋਰਟ ਨੇ ਔਰ ਇਹ ਬਹੁਤ ਜ਼ਰੂਰੀ ਸੀਗਾ ਕਿ ਇਹਨੂੰ ਰੂਲ ਦਾ ਜਿਹੜਾ ਲਾਅ ਦਾ
ਲਾਅ ਦਾ ਜਿਹੜਾ ਪੈ ਹੈ ਔਰ ਰਿਸਪੈਕਟ ਹੈ ਉਹ ਤਾਂ ਹੀ ਬਣੀ ਰਹੂਗੀ ਜੇ ਜੇ ਸਾਡੀ ਪ੍ਰੋਸੀਕਿਊਸ਼ਨ ਏਜੰਸੀਜ਼ ਠੀਕ ਕੰਮ ਕਰਨ ਔਰ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਵੇ, ਉਹਨਾਂ 'ਤੇ ਐਕਸ਼ਨ ਲਿਆ ਜਾਵੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜਗਜੀਤ ਜੀ। ਤਾਂ ਇਹ ਆਰਡਰ ਹੁਣ ਆ ਗਿਆ, 20 ਤਰੀਕ ਨੂੰ SSP ਕਪੂਰਥਲਾ ਪੇਸ਼ ਹੋਣਗੇ, DGP ਪੰਜਾਬ ਨੂੰ ਐਫੀਡੇਵਿਟ ਦੇਣਾ ਪੈਣਾ, ਲਵਪ੍ਰੀਤ ਹਾਲੇ ਜੇਲ੍ਹ ਤੋਂ ਰਿਲੀਜ਼ ਹੋਏਗਾ, ਉਸ ਤੋਂ ਬਾਅਦ ਇੱਕ ਨਿਆਏ ਜਿਹੜੀ ਹੈ ਨੈਚੁਰਲੀ ਬੰਦੇ ਨੂੰ ਮਹੀਨਾ 2-3 ਮਹੀਨੇ ਜੇਲ੍ਹ 'ਚ ਜਿਹੜੇ ਕੱਟਣੇ ਪਏ ਨੇ, ਔਰ ਕੋਰਟ ਨੇ ਬੜੀ ਸਖ਼ਤ ਟਿੱਪਣੀਆਂ ਕੀਤੀਆਂ NDPS ਮਾਮਲੇ ਨੂੰ ਲੈ ਕੇ, ਪੁਲਿਸ 'ਤੇ ਵੀ ਇੱਕ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ।